ਚੱਲਾ ਡੀਜ਼ਲ ਸੀ ਮਾਸ਼ਾਅੱਲਾ ਗਿਣ ਕੇ ਦੇਸੇ ਇਹ ਕਿ ਟੈਂਕੀਆਂ ਪੁੱਟੀ ਜਾਂਦੇ ਇਹ ਸੀ ਮਾਸ਼ਾਅੱਲਾ ਇਹਨੂੰ ਟੈਂਕੀਆਂ ਦਾ ਕੰਮ ਸ਼ਾਮ ਥੀਂਦਾ ਆਵੇ ਥੋੜ੍ਹਾ ਬਹੁਤਾ ਡੀਜ਼ਲ ਸੀ ਮਾਸ਼ਾਅੱਲਾ ਗਿਣ ਕੇ ਤਿਉਂ ਰਵਾਨਾ ਥੀਂਦੇ ਸੀ। ਅਸਲਾਮ ਵਾਲੇਕੁਮ, ਮੈਂ ਹਾਂ ਮਲਿਕ ਉਸਮਾਨ, ਤੁਸੀਂ ਦੇ ਪਏ ਯੂਟਿਊਬ ਚੈਨਲ ਸਰਾਕੀ ਵਲੋਗਸ। ਅੱਲਾਹ ਤਾਲਾ ਦੇ ਰਹਿਮਤ ਕਰਮ ਫਜ਼ਲ ਔਰ ਸ਼ੁਕਰ ਦੇ ਨਾਲ ਅੱਜ ਦਾ ਵਲੋਗ ਕਿਸੇ ਸ਼ੁਰੂ ਜਿਹੜੇ ਸਾਰੇ ਚੈਨਲ ਤੋਂ ਨਵੇਂ ਉਹ ਚੈਨਲ ਮਾਰੋ ਸਬਸਕ੍ਰਾਈਬ ਅਤੇ ਵਾਲਾ ਸ਼ੁਰੂ ਕਰੇ ਨੂੰ ਅੱਜ ਦੀ ਮਜ਼ੇਦਾਰ ਵੀਡੀਓ। ਤਾਂ ਮਾਸ਼ਾਅੱਲਾ ਵੀਵਰਸ, ਮੈਂ ਆਮੀ ਸਹੀ ਮਾਸ਼ਾਅੱਲਾ ਗਾਹਕ ਪਾਉਣ ਵਾਸਤੇ ਆਇਆ ਅਤੇ ਗਾਹ ਮਾਸ਼ਾਅੱਲਾ ਕਪਵਾ ਅਤੇ ਇਮਰਾਨ ਭਾਈ ਕੋ ਮਾਸ਼ਾਅੱਲਾ ਲੋਡ ਕਰਵਾ ਅਤੇ ਭੇਜ ਛੁੜੇ ਸੀ ਅਤੇ ਉਹ ਗਏ ਪਿਆ ਚਲਾ ਗਏ। ਅਤੇ ਮੈਂ ਅਸੀਂ ਤਲੇ ਜਿਹੜੀ ਤੂੜੀ ਪੀ ਤੀ, ਤੂੜੀ ਤਾਂ ਖਾ ਦੇ ਮੈਂ ਦੇਖੋ ਅੰਧਾਰੀ ਦੇਵਘਰ 'ਤੇ ਜਿਹੜੀ ਉੱਡ ਗਈ, ਉੱਡ ਤੇ ਸਾਰੀ ਖਿਲਰ ਗਈ। ਇਹ ਸੀ ਮੈਂ ਤਰਾਂਗਲ ਦੀ ਮਦਦ ਨਾਲ ਇਹ ਸਾਰੀ ਸੀ ਇਕੱਠੀ ਕਰੇ ਨਖਣਾ ਵਾਲੀ। ਇਹ ਕੋਈ ਮਨੇ ਸੀ ਕੋਈ 4 ਏਕੜਾਂ ਦੀ ਤੂੜੀ ਹੈ, ਦੇਖੋ ਇਤਨੀ ਥੋੜ੍ਹੀ ਜਿਹੀ ਤੂੜੀ ਥੀ, ਬਾਕੀ ਸਾਰੀ ਸੀ। ਹੁਣ ਜਿਹੜੇ ਹਵਾ ਚੱਲੀ ਖੜੀ, ਹਵਾ ਵੀ ਕਾਫੀ ਜ਼ਿਆਦਾ ਹੀ ਅਤੇ ਵੱਲ ਸੀ ਸ਼ਾਮ ਕੋ ਅੰਧਾਰੀ ਆ ਗਈ, ਅੰਧਾਰੀ ਦੀ ਵਜ੍ਹਾ ਕੋਈ ਜੁੜ ਗਈ ਹੈ ਅਤੇ ਹਵਾ ਜਿਹੜੀ ਥੋੜ੍ਹੀ ਥੋੜ੍ਹੀ ਚੱਲੀ ਗਈ ਉਹਦੇ ਨਾਲ ਕਾਫੀ ਜ਼ਿਆਦਾ ਸੀ ਫੈਲ ਗਈ ਹੈ। ਅਤੇ ਜਿਸ ਤਰ੍ਹਾਂ ਕਿ ਮੈਂ ਅਸੀਂ ਹੁਣ ਇਕੱਠੀ ਕਰੇ ਨਾ ਖਾਣਾ, ਇਕੱਠੀ ਕਰਨ ਤੋਂ ਬਾਵਜੂਦ ਤਾਂ ਕੋਈ ਗੱਲ ਆ ਸਿਰਫ ਕਿ ਥਰੈਸ਼ਰ ਵਾਲਿਆ ਧਿਆਨ ਵੀ ਅੱਜ ਸੁਬਾਹ ਸੁਬਾਹ ਤੁਹਾਡੇ ਕੋਲ ਅਸਾਂ ਪੁੱਜਮ ਸੂ, ਅਤੇ ਮੈਂ ਚਲੋ ਹੀ ਇੰਤਜ਼ਾਰ ਦੇ ਵਿੱਚ ਇੱਥੇ ਖੜ ਗਿਆ ਮੈਂ ਕਿ ਸ਼ਾਇਦ ਕਿਤੇ ਆ ਵਜੇ, ਅਤੇ ਮੈਂ ਅਸੀਂ ਹੁਣ ਖੜ ਖੜ ਤੇ ਅਤੇ ਦੇਖੋ ਮੌਸਮ ਵੀ ਕਾਫੀ ਜ਼ਿਆਦਾ ਖਰਾਬ ਥੀ ਗਏ, ਦੇਖੋ ਸਾਰੇ ਬਾਦਲ ਹਨ। ਅੱਜ ਵਿਵਰ ਵੱਲ ਨਾ ਆਏ ਨਾ ਅਤੇ ਅਸੀਂ ਵੱਲ ਜਿਹੜੀਆਂ ਠੇਰੀਆਂ ਨੇ ਸਾਰੀਆਂ ਸੀਨੀਆਂ ਥੀ ਬਣਨੇ, ਅਤੇ ਹੁਣ ਦੇਖਦੇ ਸੀ ਵੀ ਆਮਦਨ ਜਾਂ ਨਹੀਂ ਆਮਦੇ। ਅਤੇ ਵੀਰ ਅੱਜ ਢੇਰੀਆਂ ਵੱਲ ਸੀ ਸੀਨੀਆਂ ਥੀ ਗਈਆਂ ਅਤੇ ਹਫ਼ਤਾ ਇਹ ਵੱਲ ਸੀ ਇੱਥੇ ਪਿਆ ਰਿਹਾ ਵੈਸੇ ਨੇ, ਜਿੱਥਾਂ ਨਾ ਜਿੱਥਾਂ ਅਸਾਂ ਕੁਛ ਆ ਬੀਜ ਸਕਸੂ ਈ ਵਿਘੇ ਦੇ ਵਿੱਚ, ਇਹਦੇ ਵਿੱਚ ਕਮਾਂਦ ਬੀਜਣਾ, ਕਮਾਂਦ ਵਾਲਾ ਅਸੀਂ ਸਾਂਗੇ ਅਸਾਂ ਕਹਿ ਨਹੀਂ ਬੀਜ ਸਕੇ ਅਸੀਂ ਸਾਂਗੇ, ਅਤੇ ਹੁਣ ਢੇਰੀਆਂ ਨਿਕਲ ਵਾਲੀਆਂ ਲੈ ਪੈਣ, ਇਵੇਂ ਸਮਝੋ ਏਕੜ ਦੀਆਂ ਢੇਰੀਆਂ ਵਾਲੀ ਮੁਕਲਦੇ ਪੈਣ, ਏਕੜ ਦੀਆਂ ਵਿਘੇ ਤੋਂ ਉੱਤੇ ਹਨ ਘੱਟ ਕਹਿ ਨਹੀਂ ਏਕੜ ਦੀਆਂ, ਏਕੜ ਦੇ ਕਰੀਬ ਥੀ ਵੈਸੇ। ਅਤੇ ਅਸੀਂ ਸਾਂਗੇ ਮੈਂ ਜਿਹੜੀ ਤਲੇ ਵਾਲੀ ਤੂੜੀ ਹੈ ਇਹ ਵਾਲੀ ਸਾਰੀ ਹੁਣ ਅਸੀਂ ਤਰਾਂਗਲ ਦੀ ਮਦਦ ਨਾਲ ਇਕੱਠੀ ਕਰਨ ਰੱਖਣਾ, ਮੈਂ ਕਿਹਾ ਚਲੋ ਨਾਲ ਨਾਲ ਆਹਿਸਤਾ ਆਹਿਸਤਾ ਇਕੱਠੀ ਵੀ ਕੀਤੀ ਰੱਖ ਸੂੰ ਅਤੇ ਥਰੈਸ਼ਰ ਦੀ ਇੰਤਜ਼ਾਰ ਵੀ ਕਰੇ ਨਾ ਖਾਣਾ। ਹੁਣ ਥਰੈਸ਼ਰ ਦੀ ਇੰਤਜ਼ਾਰ ਕਰੇ ਵੈਸੇ ਕਿ ਆਉਂਦੀ ਹੈ ਕਿ ਨਹੀਂ ਆਉਂਦੀ ਸਾਰੇ ਕੋਲ, ਅਤੇ ਮੌਸਮ ਵੀ ਕਾਫੀ ਜ਼ਿਆਦਾ ਖਰਾਬ ਥੀ ਗਿਆ, ਹੁਣ ਦੇਖੋ ਬਈ ਕਿਆ ਬਣਦੇ। ਚਲੋ ਤਿੰਨ ਦੇਰ ਮੈਂ ਇਹ ਵਾਲੀ ਤਲੇ ਵਾਲੀ ਜਿਹੜੀ ਤੂੜੀ ਹੈ ਇਹ ਵਾਲੀ ਸਾਰੀ ਸੀ ਇਕੱਠੀ ਕਰ ਗਈ ਨਾ ਇਹ ਵਾਲੀ ਅਤੇ ਇਮਰਾਨ ਭਾਈ ਆਏ ਉਹਦੇ ਨਾਲ ਸੀ ਮਾਸ਼ਾਅੱਲਾ ਗਾਹਕ ਪਵਾਏ ਸੀ ਅਤੇ ਉਹ ਹੁਣ ਘਰ ਚਲਾ ਗਏ, ਕਿਉਂਕਿ ਉਹ 3-4 ਦਿਨ ਮਾਸ਼ਾਅੱਲਾ ਸੋਹਰੇ ਗਏ ਵਧਿਆਨਾਥ ਦੇਵਨੀ ਬਹਾਵਲਪੁਰ, ਅਤੇ ਉੱਥੋਂ ਹੁਣ ਕੱਲ੍ਹ ਆਏ ਅਤੇ ਅੱਜ ਮਾਸ਼ਾਅੱਲਾ ਆਏ ਗਾਹਕ ਪਾਉਣ ਵਾਸਤੇ, ਗਾਹਕ ਆਪੇ ਕੋਲ ਅਡਵਾਇਮ ਹੀ ਅਤੇ ਉਹ ਹੁਣ ਘਰ ਚਲਾ ਗਏ। ਅਤੇ ਮੈਂ ਹੁਣ ਜਿਹੜੀ ਤੂੜੀਏ ਇਹ ਤਲੇ ਵਾਲੀ ਇਕੱਠੀ ਕਰੇ ਨਾ ਖਾਣਾ, ਇਕੱਠੀ ਵੀ ਕਰੇ ਨਾ ਖਾਣਾ, ਨਾਲ ਥਰੈਸ਼ਰ ਦਾ ਵੀ ਇੰਤਜ਼ਾਰ ਕਰੇ ਨਾ ਖਾਣਾ ਵੀ ਥਰੈਸ਼ਰ ਆ ਵਜੇ ਤਾਂ ਚਲੋ ਮੈਂ ਇੱਕ ਦਫ਼ਾ ਕਢਵਾਈ ਵਜਾ ਕਿਉਂਕਿ ਮੌਸਮ ਖਰਾਬ ਹੈ। ਅਲਹਮਦੁਲਿਲਾ ਮਾਸ਼ਾਅੱਲਾ, ਤੁਸੀਂ ਸੋਚਿੰਦੇ ਪਿਓ ਸੀ ਵੀ ਰੈਡੀ ਥੀ ਅਤੇ ਕਿਹਦੇ ਵੇਂਦਾ ਪੇ, ਮਾਸ਼ਾਅੱਲਾ ਅਸੀਂ ਰੈਡੀ ਥੀ ਗਏ, ਨਵੇਂ ਮਾਸ਼ਾਅੱਲਾ ਕੱਪੜੇ ਪਾ ਕੇ ਤੁਹਾਨੂੰ ਦੇਖੋ ਕਮੈਂਟ ਕਰਦੇ ਦੱਸਿਆ ਵੀ ਕੱਪੜੇ ਕੀ ਹੋ ਜਾਏ ਲੱਗਦੇ ਪੈਣ, ਅਤੇ ਮੈਂ ਸੀ ਵੇਂਦਾ ਪਿਆ ਹੁਣ ਜੁੰਮਾ ਪੜਨ ਵਾਸਤੇ ਕਿਉਂਕਿ ਥਰੈਸ਼ਰ ਦਾ ਇੰਤਜ਼ਾਰ ਕਰ ਤੇ ਥੱਕ ਗਿਆ ਆਖਿਰਕਾਰ। ਹੁਣ ਅਸੀਂ ਮਾਸ਼ਾਅੱਲਾ ਜੁੰਮੇ ਦਾ ਟਾਈਮ ਥੀ ਗਏ ਅਤੇ ਹੁਣ ਜੁੰਮੇ ਦੀ ਤਰਫ ਮਸਜਿਦ ਵੇਂਦਾ ਪਿਆ ਮਸੀਤ, ਅਤੇ ਦੇਖਦੇ ਸੀ ਵੀ ਅੱਜ ਕਿਹੜਾ ਮੌਲਵੀ ਹੈ ਜਿਹੜਾ ਅਸੀਂ ਅੱਜ ਜੁੰਮਾ ਪੜ੍ਹੇ ਸੀ। ਖੁਤਬਾ ਸੀ ਥੀਂਦਾ ਪੇ, ਖੁਤਬੇ ਕਾਫੀ ਦੇਰ ਹੈ, 9-10 ਮਿੰਟ ਰਹਿ ਗਏ ਵਾਪਸੀ, ਜੁੰਮੇ ਦਾ ਟਾਈਮ ਪੀਵੇ ਸੀ 2 ਵਜੇ ਅਜ਼ਾਨ ਤੁਹਾਨੂੰ ਨਾਤ ਦੀ ਆਵਾਜ਼ ਤੁਸੀਂ ਸੁਣਦੇ ਪਿਓ ਸੋ, ਇਹ ਸੀ ਮਾਸ਼ਾਅੱਲਾ ਬੁਰਖੇ ਵਾਲੀ ਮਈ ਹੋਣੇ ਵੇਂਦੀ ਵੀ ਹੈ, ਬੁਰਖੇ ਵਾਲੀ ਮਈ ਉੱਥੇ ਬੁਰਖਾ ਤਾਂ ਦਿਖਾ ਓਏ, ਇਹ ਸੀ ਵਿਕਾਸ ਹੈ ਜੁੰਮਾ ਪੜ੍ਹਦੇ ਮਾਸ਼ਾਅੱਲਾ ਵੇਂਦਾ ਪੇ, ਜੁੰਮਾ ਕਿਵੇਂ ਪੜ੍ਹਾਏ ਹੈਂ, ਜੁੰਮਾ ਕਿਹੜੇ ਮੌਲਵੀ ਪੜ੍ਹਾਏ, ਮਦਰਸੇ ਵਾਲੇ ਮੌਲਵੀ, ਅਸੀਂ ਮਾਸ਼ਾਅੱਲਾ ਮਦਰਸੇ ਵਾਲੇ ਮੌਲਵੀ ਨੇ ਜੁੰਮਾ ਪੜ੍ਹਾਇਆ ਅਤੇ ਬੁਰਖੇ ਵਾਲੀ ਬਾਈ ਹੁਣ ਵੇਂਦੀ ਪਈ ਜੁੰਮਾ ਪੜ੍ਹਦੇ, ਚੱਕੀ ਆ ਚਲਦੀ ਖੜੀ ਹੈ, ਖੈਰ ਹੋਵੇ ਕੌਣ ਚਲੀ ਖੜੇ, ਚੱਕੀ ਕੌਣ ਚਲੀ ਖੜੇ, ਅੱਬਾ ਤੇਰਾ ਅੱਬੇ ਕੋ ਆਖਿਆ ਚਲੋ ਜੁੰਮਾ ਪੜ੍ਹਾ ਵਿਆ ਹੈਂ, ਅੱਬੇ ਕੋ ਆਖਿਆ ਚਲੋ ਜੁੰਮਾ ਪੜ੍ਹਾ ਵਿਆ, ਦੇਖੋ ਅਸੀਂ ਚੱਕੀ ਵਾਲਾ ਜੁੰਮਾ ਪੜ੍ਹਨ ਗਿਆ, ਚੱਕੀ ਮਾਸ਼ਾਅੱਲਾ ਇਹਦੀ ਚਲਦੀ ਖੜੀ ਹੈ, ਅਸੀਂ ਅੱਬਾ ਜੀ ਦਾ ਮਾਸ਼ਾਅੱਲਾ ਚਲੀ ਖੜੇ, ਇਹ ਮਾਸ਼ਾਅੱਲਾ ਜੀ ਜੁੰਮਾ ਪੜ੍ਹਾ ਹੈ, ਮਾਸ਼ਾਅੱਲਾ ਜੁੰਮਾ ਪੜ੍ਹ ਕੇ ਜੀ ਕਮਾਦ ਲੱਗ ਰਿਹਾ, ਉਹ ਅਸੀਂ ਮਾਸ਼ਾਅੱਲਾ ਜੀ ਦਾ ਅੱਬਾ ਵਧੇ, ਇਹ ਅਸੀਂ ਆਪ ਵਧੇ ਥਿਆ, ਅਤੇ ਮੈਂ ਅਸੀਂ ਵੇਨਾ ਪਿਆ ਮੀ ਗੁਜ਼ਰਦਾ ਪਿਆ ਮੀ ਤੂੰ
ਕਿਉਂਕਿ ਮੇਰਾ ਪਿਆ 17 ਚੱਕ ਡੀਜ਼ਲ ਗਿਣਨ ਵਾਸਤੇ ਅਤੇ ਰਸਤੇ ਦੇ ਵਿੱਚ ਮੋੜ ਦੇ ਵਿੱਚ ਮਾਸ਼ਾਅੱਲਾ ਕਮਾਲ ਨੇ ਦੇਖਣੇ ਨੇ ਅਸੀਂ ਉਸਮਾਨ ਗਿੱਲ ਅਤੇ ਨਾਲ ਅਸੀਂ ਬਾਬਰ ਮਾਸ਼ਾਅੱਲਾ ਅਸੀਂ ਇੱਕ ਕਾਲ ਪਰਸੋਂ ਦੇ ਲੱਗੇ ਲਾ ਲਓਗੇ ਅੱਜ ਸ਼ਾਮ ਦੀ ਗੱਲ ਨਹੀਂ ਨਹੀਂ ਮੈਂ ਡੀਜ਼ਲ ਲੈ ਕੇ ਆ ਰਿਹਾ ਵੇਖ ਲੈਂਦਾ ਕਿੰਨੀ ਦੇਰ ਲਾ ਲੈਂਦਾ ਹਾਂ ਮੈਂ ਡੀਜ਼ਲ ਲੈ ਕੇ ਆ ਰਿਹਾ ਫਿਰ ਵੇਖਣਾ ਚਲੋ ਜੀ ਹੁਣ ਜੁਲਦਾ ਅਸੀਂ ਜੁਲਦੇ ਕਿਉਂਕਿ ਡੀਜ਼ਲ ਗਿਣ ਤਿਆ ਆਉਣੇ ਅਤੇ ਕਮਾਨ ਦੇ ਵਿੱਚ ਰੇਜਰ ਮਾਰਨੇ ਰੇਜਰ ਫੇਰਨੇ ਅਤੇ ਇੱਕ ਏਕੜ ਅਸੀਂ ਉਹ ਕੁਛ ਹੱਲ ਫੇਰਨੇ ਮਾਸ਼ਾਅੱਲਾ ਤੇਲ ਅਸੀਂ ਪਵੇਂ ਦੇ ਪੈਸੇ ਪੰਪ ਤੋਂ ਤੇਲ ਮਹਿੰਗਾ ਨਹੀਂ ਸਸਤਾ ਹੋ ਗਿਆ ਨਾ ਅੱਗੇ ਨਾਲੋਂ ਕਿੰਨਾ ਸਸਤਾ ਹੋਇਆ 8 ਰੁਪਏ ਅਤੇ ਪੈਟਰੋਲ 5 ਰੁਪਏ ਮਾਸ਼ਾਅੱਲਾ ਡੀਜ਼ਲ ਸੀ ਮਾਸ਼ਾਅੱਲਾ ਗਿਣ ਕੇ ਦੇਸੇ ਇਹ ਕਿ ਟੈਂਕੀਆਂ ਪੁੱਟੀ ਜਾਂਦੇ ਇਹ ਸੀ ਮਾਸ਼ਾਅੱਲਾ ਇਹਨੂੰ ਟੈਂਕੀਆਂ ਦਾ ਕੰਮ ਸ਼ਾਮ ਥੀਂਦਾ ਹੋਵੇ ਥੋੜ੍ਹਾ ਬਹੁਤਾ ਡੀਜ਼ਲ ਸੀ ਮਾਸ਼ਾਅੱਲਾ ਗਿਣ ਕੇ ਹੁਣ ਰਵਾਨਾ ਥੀਂਦੇ ਸੀ ਮਾਸ਼ਾਅੱਲਾ ਵਿਵਰਸ ਡੀਜ਼ਲ ਮਾਸ਼ਾਅੱਲਾ ਗਿਣ ਕੀਤੇ ਅਤੇ ਹੁਣ ਅਸੀਂ 17 ਚੱਕੇ 'ਚ ਰਵਾਨਾ ਪਿਆ ਵੇ ਨਾ ਖਾਤੀ ਅਤੇ ਘਰੋਂ ਮਾਸ਼ਾਅੱਲਾ ਜੋ ਅਤੇ ਟਰੈਕਟਰ 'ਚ ਗਿਣਦੇ ਸੀ ਟਰੈਕਟਰ ਚੱਕਦੇ ਅਤੇ ਗਿਣਦੇ ਜੁਲਦੇ ਸੀ ਦੇਰੇ 'ਤੇ ਕਿਉਂਕਿ ਟਾਈਮ ਸਹੀ ਕਾਫੀ ਥੋੜ੍ਹਾ ਹੈ ਅਤੇ ਥੋੜ੍ਹੇ ਟਾਈਮ ਦੇ ਵਿੱਚ ਇੱਕ ਏਕੜ ਤੁਸੀਂ ਮਾਸ਼ਾਅੱਲਾ ਹੱਲ ਮਾਰਨੇ ਅਤੇ ਦੂਜੇ ਏਕੜ ਦੀਆਂ ਮਾਸ਼ਾਅੱਲਾ ਖੇਲਾਂ ਕਰਨਾ ਅਤੇ ਹੁਣ 17 ਚੱਕ ਦੇ ਵਿੱਚ ਡੀਜ਼ਲ ਗਿਣ ਕੀਤੇ ਸੀ ਅਤੇ ਹੁਣ ਇਹਨੇ ਪੈਸੇ ਵੇਹਣਾ ਪਿਆ ਸੀ ਹਰ ਦੀ ਮਾਸ਼ਾਅੱਲਾ ਆ ਤੇ ਗਾੜੀ ਸੀ ਡੀਜ਼ਲ ਪਾਉਣਾ ਡੀਜ਼ਲ ਸੀ ਵੱਲ ਕਹਿ ਨਹੀਂ ਪਤਾ ਸੀ ਕਹਿ ਨਹੀਂ ਪਤਾ ਕਿ ਕੱਲ੍ਹ ਮਾਸ਼ਾਅੱਲਾ ਸੀ ਜਿਹੜਾ ਪਹਿਲਾਂ ਕਮਾਨ ਬੀਜਿਆ ਹੁਣ ਕਮਾਨ ਮਾਸ਼ਾਅੱਲਾ ਸੁਬਾਹ ਰੰਬੜ ਵੀ ਮਾਰਨੇ ਅਤੇ ਕੰਮ ਕੋ ਕਾਫੀ ਜ਼ਿਆਦਾ ਅਤੇ ਸ਼ਾਮ ਤੀਕਰ ਪੂਰੇ ਕਹਿਣਾ ਥੀ ਮੈਂ ਨਾ ਅਤੇ ਮਾਸ਼ਾਅੱਲਾ ਗਾੜੀ ਸੀ ਅਵੇਸ ਮੰਗੀ ਅਤੇ ਅਵੇਸ ਮਾਸ਼ਾਅੱਲਾ ਛਿਕ ਗਿਆ ਅਤੇ ਵੱਲ ਅਸਾਂ ਕੰਮ ਕੈਂਸਲ ਕੀਤਾ ਅਤੇ ਵੱਲ ਅਤੇ ਹੁਣ ਕਹੇ ਅਸੀਂ ਇਨਸ਼ਾਅੱਲਾ ਸਵੇਰੇ ਅਤੇ ਹੁਣ ਇੱਥੇ ਕਿਸੇ ਵੀਡੀਓ ਦਾ ਐਂਡ ਹੋਪ ਕਿ ਅੱਜ ਦੀ ਵੀਡੀਓ ਤੱਕ ਸਾਡੀ ਚੰਗੀ ਲੱਗੀ ਜ਼ਿਆਦਾ ਸ਼ੇਅਰ ਕਰੋ ਲਾਈਕ ਕਰੋ ਫੇਸਬੁੱਕ ਪੇਜ ਕਰਕੇ ਨਾ ਫੋਲੋ ਅਗਲੀ ਵੀਡੀਓ 'ਚ ਮਿਲ ਸੋ ਤੱਕ ਕੇ ਲਈ ਅੱਲਾਹ ਹਾਫਿਜ਼।